ਤੇ ਬ੍ਰੈਂਪਟਨ ਵੈਸਟ ਤੋਂ ਮੈਂਬਰ ਪਾਰਲੀਮੈਂਟ ਕਮਲ ਖੈਰਾ ਦੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅੰਤਰਰਾਸ਼ਟਰੀ ਵਿਕਾਸ ਮਹਿਕਮੇ ਦੀ ਪਾਰਲੀਮਾਨੀ ਸਕੱਤਰ ਵਜੋਂ ਨਿਯੁਕਤੀ ਕੀਤੀ ਗਈ ਹੈ। ਖੈਰਾ ਪਹਿਲਾਂ ਪਾਰਲੀਮਾਨੀ ਸਕੱਤਰ ਅਤੇ ਪਾਰਲੀਮਾਨੀ ਸਕੱਤਰ ਰਹਿ ਚੁੱਕੇ ਨੇ ਅਤੇ ਪਾਰਲੀਮਾਨੀ ਸਕੱਤਰ ਵੱਲੋਂ ਕੈਬਨਿਟ ਮੰਤਰੀਆਂ ਨੂੰ ਮਿਲੀਆਂ ਜ਼ਿੰਮੇਵਾਰੀਆਂ ਜਿਸ ਵਿੱਚ ਹਾਊਸ ਆਫ ਕਾਮਨਸ ਦੇ ਬਿਜ਼ਨਸ ਵਿੱਚ ਮਰਦਦ ਜਾਂ ਮੰਤਰਾਲੇ ਦੇ ਹੋਰ ਕਾਰਜਾਂ ਨੂੰ ਪੂਰਾ ਕਰਨ ਵਿੱਚ ਰੋਲ ਅਦਾ ਕੀਤਾ ਜਾਂਦਾ। ਪ੍ਰਧਾਨ ਮੰਤਰੀ ਵੱਲੋਂ ਕੁੱਲ 17 ਪਾਰਲੀਮਾਨੀ ਸਕੱਤਰਾਂ ਦੇ ਮਹਿਕਮੇ ਬਦਲੇ ਗਏ ਹਨ। ਆਪਣੀ ਨਿਯੁਕਤੀ ਬਾਰੇ ਪ੍ਰਤੀਕਰਮ ਕਰਦੇ ਕਮਲ ਖੈਰਾ ਨੇ ਕਿਹਾ ਕਿ ਪਿਛਲੇ 1.5 ਸਾਲ ਦੌਰਾਨ ਪਾਰਲੀਮਾਨੀ ਸਕੱਤਰ ਨੈਸ਼ਨਲ ਰੈਵਨਿਊ ਵਜੋਂ ਕੰਮ ਕਰਕੇ ਕੈਨੇਡੀਅਨਸ ਦੀ ਸੇਵਾ ਕਰਨਾ ਮੇਰੇ ਲਈ ਇੱਕ ਵੱਡੇ ਮਾਣ ਵਾਲੀ ਗੱਲ ਹੈ। ਮੰਤਰੀ ਡਿਆਨ ਉਸਦੀ ਸੂਝਵਾਨ ਟੀਮ ਅਤੇ ਕੈਨੇਡਾ ਰੈਵਨਿਊ ਏਜੰਸੀ ਦੇ ਸਟਾਫ ਨਾਲ ਮਿਲ ਕੇ ਕੰਮ ਕਰਨਾ ਮੇਰੇ ਲਈ ਸਨਮਾਨ ਵਾਲੀ ਗੱਲ ਸੀ। ਮੈਨੂੰ ਉਹਨਾਂ ਲਾਗੂ ਹੋਈਆਂ ਤਬਦੀਲੀਆਂ ਉੱਤੇ ਮਾਣ ਆ ਜੋ ਅਸੀਂ ਸੇਵਾ ਦੇ ਮਿਆਰਾਂ ਅਤੇ ਟੈਕਸ ਅਦਾ ਕਰਤਾਵਾਂ ਪ੍ਰਤੀ ਜਵਾਬਦੇਹ ਨੂੰ ਸੁਧਾਰਨ ਲਈ ਹੋਂਦ ਵਿੱਚ ਲਿਆਂਦੀਆਂ। ਨਵੇਂ ਪਾਰਲੀਮਾਨੀ ਸਕੱਤਰ ਅੰਤਰਰਾਸ਼ਟਰੀ ਵਿਕਾਸ ਵਜੋਂ ਕੰਮ ਕਰਨ ਉੱਤੇ ਮੈਂ ਨਿਮਾਣਾ ਮਹਿਸੂਸ ਕਰ ਰਹੀ ਹਾਂ ਅਤੇ ਮੰਤਰੀ ਮੇਰੀ ਕਲਾਉਡ ਬੀਬੀਓ ਨਾਲ ਮਿਲ ਕੇ ਸਾਡੇ ਦੇਸ਼ ਦੇ ਅੰਤਰਰਾਸ਼ਟਰੀ ਉਦੇਸ਼ਾਂ ਦੀ ਪੂਰਤੀ ਅਤੇ ਕੈਨੇਡਾ ਦੀ ਇਸਤਰੀਵਾਦੀ ਅੰਤਰਰਾਸ਼ਟਰੀ ਸਹਾਇਤਾ ਪਾਲਿਸੀ ਵਾਸਤੇ ਕੰਮ ਕਰਨ ਲਈ ਉਤਸ਼ਾਹਿਤ ਹਾਂ। ਖੈਰਾ ਦਾ ਅੰਤਰਰਾਸ਼ਟਰੀ ਵਿਕਾਸ ਮਹਿਕਮੇ ਦੀ ਪਾਰਲੀਮਾਨੀ ਸਕੱਤਰ ਵਜੋਂ ਪਹਿਲਾ ਕੰਮ ਅੰਤਰਰਾਸ਼ਟਰੀ ਵਿਕਾਸ ਬਾਰੇ ਮੰਤਰੀ ਮਾਣਯੋਗ ਮੇਰੀ ਕਲਾਉਡ ਬੀਬੀਕਿਊ ਦੀ ਤਰਫ ਤੋਂ ਕੈਰੇਬੀਅਨ ਜਾ ਕੇ ਤੂਫਾਨ ਤੋਂ ਬਾਅਦ ਮੁੜ ਉਸਾਰੀ ਦੇ ਕਾਰਜਾਂ, ਲੰਬੇ ਅਰਸੇ ਵਾਸਤੇ ਵਾਤਾਵਰਨ ਪ੍ਰਭਾਵ, ਆਰਥਿਕ ਲਚਕਤਾ ਅਤੇ ਲਿੰਗਿਕ ਬਰਾਬਰਤਾ ਲਈ ਉੱਦਮ ਕਰਨਾ ਸੀ। ਡੋਮਿਨਿਕਾ ਅਤੇ ਬਾਰਬਾਡੋਸ ਵਿੱਚ ਬੀਬੀ ਨੇ ਕਿਹਾ ਕਿ ਜਿਸ ਵਿੱਚ ਡੋਮਿਨਿਕਾ ਦੇ ਡਿਜ਼ਾਸਟਰ ਰਿਕਵਰੀ ਅਤੇ ਰੈਜੀਐਂਸੀ ਪ੍ਰੋਜੈਕਟ ਲਈ ਕੈਰੇਬੀਅਨ ਡਿਵੈਲਪਮੈਂਟ ਬੈਂਕ ਨੂੰ ਕੈਨੇਡਾ ਦੀ 9.25 ਮਿਲੀਅਨ ਡਾਲਰ ਦੀ ਵਚਨਬੱਧਤਾ ਅਤੇ CARIC ਕੰਪ੍ਰੀਹੈਂਸਿਵ ਡਿਜ਼ਾਸਟਰ ਮੈਨੇਜਮੈਂਟ ਸਟ੍ਰੈਟਜੀ ਨੂੰ ਲਾਗੂ ਕਰਨ ਲਈ ਕੈਰੇਬੀਅਨ ਡਿਜ਼ਾਸਟਰ ਐਂਡ ਐਮਰਜੈਂਸੀ ਮੈਨੇਜਮੈਂਟ CDEMA ਲਈ 8.2 ਮਿਲੀਅਨ ਡਾਲਰ ਦਾ ਪ੍ਰੋਜੈਕਟ ਅਤੇ ਸਮੁੱਚੇ ਕੈਰੀਕੋਮ ਦੇਸ਼ਾਂ ਲਈ ਔਰਤਾਂ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਲਈ ਅਗਲੇ 5 ਸਾਲ ਵਾਸਤੇ 4.8 ਬਿਲੀਅਨ ਡਾਲਰ ਦੇ ਐਲਾਨ ਸ਼ਾਮਿਲ ਹਨ।